जो किसानों नूं प्यासा दस रहा है तो तुसी उन्हां दा साथ क्यों दे रहे हो? वो अपने आप नूं खूह दस रहे भी इहदा मतलब कांग्रेस पार्टी दे विच हंकार आ गया जां तां सानूं इह जवाब दे दो। दूसरी गल जिहड़े फसलां दे वादे ने इह सेंटर गवर्नमेंट दी गल हुंदी आ, उहनां ने वधाउणे ने स्टेट गवर्नमेंट ते कोई राइट नहीं उहने देणे हुंदे। दूसरी गल सुनो ਦਾ ਸਵਾਗਤ ਆ, ਤੁਸੀਂ ਸਵਾਲ ਕਰੋ ਪਰ ਅਸੀਂ ਇਲੈਕਸ਼ਨ ਚ ਵੀ ਆਉਣਾ, ਲੋਕਾਂ ਚ ਵੀ ਆਉਣਾ, ਸਾਡੇ ਲੋਕ ਵੀ ਨੇ, ਸਾਡੇ ਸ਼ਡਿਊਲ ਕਾਸਟ ਪਰਿਵਾਰ ਵੀ ਨੇ, ਤੁਹਾਡੇ ਨਾਲ ਸਹਿਮਤੀ ਨੇ, ਉਹਦੇ ਸਾਡੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਦੁੱਖ ਹੁੰਦਾ ਵੀ ਸਾਡੇ MLA ਨਾਲ ਆਹ ਹੋ ਰਹੀ ਆ। ਨਹੀਂ ਤੁਸੀਂ ਗੱਲ ਕੀਤੀ ਸਵਾਲ ਦੀ, ਤੁਸੀਂ ਜਵਾਬ ਕੀਤਾ ਨਾ ਲੱਖ ਰੁਪਇਆ ਦਿੱਤਾ ਤੁਸੀਂ ਹਲਕੇ ਦਾ ਵਿਧਾਇਕ, ਤੁਹਾਡਾ ਫਰਜ਼ ਬਣਦਾ ਲੱਖ ਵੀ ਬਹੁਤ ਥੋੜਾ ਆ, ਲੱਖ ਵੀ ਥੋੜਾ ਆ, ਇੱਕ ਕਿਸਾਨ ਦਾ ਮੁੱਲ ਤੁਸੀਂ ਲੱਖ ਰੁਪਇਆ ਪਾਇਆ। ਲਖਵੀਰ ਸਿੰਘ ਜੀ ਨੂੰ ਸਵਾਲ ਆ, ਨਵਜੋਤ ਸਿੰਘ ਸਿੱਧੂ ਨੇ ਤੁਸੀਂ ਉਹਨਾਂ ਦਾ ਸਾਥ ਦਿੱਤਾ ਪ੍ਰਧਾਨ ਬਣਾਇਆ, ਉਹਨੇ ਆਪਣੇ ਆਪ ਨੂੰ ਖੂਹ ਦੱਸਿਆ ਵੀ ਪਿਆਸਾ ਜਿਹੜਾ ਆ ਕਿਸਾਨਾਂ ਨੂੰ ਪਿਆਸਾ, ਔਰ ਆਪਣੇ ਆਪ ਨੂੰ ਖੂਹ ਦੱਸਿਆ ਵੀ ਇਹ ਆਪਣਾ ਕਿਸਾਨਾਂ ਦਾ ਖਾਰਾ ਪਾਣੀ ਲੱਗਦਾ, ਪਹਿਲਾਂ ਆਪਣਾ ਲੱਗਿਆ ਸੀਗਾ ਬੀਜੇਪੀ ਦੇ ਵਿਹੜੇ ਚ, ਉੱਥੇ ਪਾਣੀ ਨੀ ਨਿਕਲਿਆ ਉਹਦੇ ਚ, ਠੀਕ ਹੈ ਜੀ, ਹੁਣ ਜੇ ਕਾਂਗਰਸ ਦੇ ਵਿਹੜੇ ਆ ਗਿਆ ਉਹਨੂੰ 4.5 ਸਾਲ ਉਹਦੇ ਵਿੱਚ ਪਾਣੀ ਭਰਿਆ ਹੀ ਨੀ, ਜੇ ਹੁਣ ਭਰਿਆ ਵੀ ਹੈ ਤਾਂ ਉਹ ਆਪਣੇ ਆਪ ਨੂੰ ਇੰਨਾ ਹੰਕਾਰ ਗਿਆ ਵੀ ਕਾਰਨ ਕੀ ਹੈ? ਤੁਸੀਂ ਉਹਨਾਂ ਦਾ ਸਾਥ ਕਿਉਂ ਦੇ ਰਹੇ ਹੋ? ਜਦੋਂ ਕਿਸਾਨਾਂ ਨੂੰ ਪਿਆਸਾ ਦੱਸ ਰਿਹਾ ਆ ਤਾਂ ਤੁਸੀਂ ਉਹਨਾਂ ਦਾ ਸਾਥ ਕਿਉਂ ਦੇ ਰਹੇ ਹੋ? ਉਹ ਆਪਣੇ ਆਪ ਨੂੰ ਖੂਹ ਦੱਸ ਰਿਹਾ ਵੀ ਇਹਦਾ ਮਤਲਬ ਕਾਂਗਰਸ ਪਾਰਟੀ ਦੇ ਵਿੱਚ ਹੰਕਾਰ ਆ ਗਿਆ, ਜਾਂ ਤਾਂ ਸਾਨੂੰ ਇਹ ਜਵਾਬ ਦੇ ਦਿਓ। ਤੇ ਹੋਰ ਕਿਸਾਨਾਂ ਵਾਸਤੇ ਤੁਸੀਂ 4.5 ਸਾਲ 7 ਮਹੀਨਿਆਂ ਦੇ ਵਿੱਚ ਆ ਜਦੋਂ ਹੁਣ ਚੋਣਾਂ ਆ ਗਈਆਂ ਇੱਕ ਐਲਾਨ ਕੀਤਾ 15 ਰੁਪਏ ਰੇਟ ਵਧਾਵਾਂਗੇ, ਵਧਾਇਆ ਨੀ, ਵਧਾਵਾਂਗੇ, ਵਧੀਆ ਉਹ ਵੀ ਨੀ ਹੈਗਾ ਗੰਨੇ ਦਾ ਜਿਹਨੂੰ ਆਪਾਂ ਕਹਿ ਦਈਏ, ਉਹ ਵੀ ਜਦੋਂ ਤੁਸੀਂ ਕਿਸਾਨਾਂ ਨੇ ਧਰਨੇ ਲਾਏ ਤੁਹਾਨੂੰ ਪਤਾ ਲੱਗਿਆ ਵੀ ਜਲੰਧਰ ਅੱਜ ਬੰਦ ਹੋ ਜਾਣਾ, ਵੀ ਕੱਲ ਪਰਸੋਂ ਸ਼ਾਇਦ ਪੰਜਾਬ ਵੀ ਬੰਦ ਹੋ ਜੇ, ਔਰ ਦਿੱਲੀ ਕਿਸਾਨ ਬੈਠੇ ਨੇ, ਠੀਕ ਹੈ ਜੀ, ਤੇ ਤੁਸੀਂ 4.5 ਸਾਲ ਕਿੱਥੇ ਸੁੱਤੇ ਸੀਗੇ? ਤੁਹਾਨੂੰ ਕਿਸਾਨਾਂ ਦੀ ਯਾਦ ਹੀ ਨੀ ਆਈ? ਔਰ ਇੱਕ ਤੁਹਾਡਾ ਮੇਨ ਵਾਦਾ ਸੀਗਾ ਚੋਣ ਮੈਨੀ, ਮੈਂ ਤੁਹਾਡੇ ਚੋਣ ਮੈਨੀਫੈਸਟੋ ਦੇ ਹਿਸਾਬ ਨਾਲ ਚੱਲੂਗਾ, ਵੈਸੇ ਨੀ ਚੱਲਣਾ, ਅਸੀਂ ਬਾਹਰ ਦੀਆਂ ਗੱਲਾਂ ਨੀ ਕਰਨੀਆਂ, ਚੋਣ ਮੈਨੀਫੈਸਟੋ ਦੇ ਹਿਸਾਬ ਨਾਲ ਗੱਲ ਕਰਾਂਗੇ ਵੀ ਫਸਲ ਲਈ ਜੋ ਮੁਆਵਜ਼ਾ ਆ ਉਹਦੇ ਵਿੱਚ ਵਾਧਾ ਕਰਾਂਗੇ। ਤੁਹਾਡਾ ਚੋਣ ਮੈਨੀਫੈਸਟੋ ਦਾ ਸ਼ਾਇਦ 7ਵਾਂ 8ਵਾਂ ਹੀ ਸਵਾਲ ਆ ਜਿਹੜਾ ਕਿਸਾਨਾਂ ਵਾਸਤੇ ਤੁਸੀਂ ਕੀਤਾ ਹੋਇਆ, ਵੀ ਕਿੰਨੇ ਪਰਸੈਂਟ ਵਾਧਾ ਕੀਤਾ 4 ਸਾਲ 7 ਮਹੀਨਿਆਂ ਦੇ ਵਿੱਚ, ਸਾਨੂੰ ਕਿਰਪਾ ਕਰਕੇ ਇਹਦਾ ਜਵਾਬ। ਦੇਖੋ ਪਹਿਲੀ ਗੱਲ ਤਾਂ ਇਹ ਆ, ਜਿਹੜੇ ਤੁਹਾਡੇ ਸਵਾਲ ਨੇ ਇਹਨਾਂ ਦੇ ਜਵਾਬ ਅਸੀਂ ਦੇਣੇ ਮੁਨਾਸਿਬ ਸਮਝਦੇ ਵੀ ਦੇਣੇ ਚਾਹੀਦੇ ਨੇ। ਦੂਸਰੀ ਗੱਲ ਜਿਹੜੇ ਫਸਲਾਂ ਦੇ ਵਾਅਦੇ ਨੇ ਇਹ ਸੈਂਟਰ ਗਵਰਨਮੈਂਟ ਦੀ ਗੱਲ ਹੁੰਦੀ ਆ, ਉਹਨਾਂ ਨੇ ਵਧਾਉਣੇ ਨੇ, ਸਟੇਟ ਗਵਰਨਮੈਂਟ ਤੇ ਕੋਈ ਰਾਈਟ ਨਹੀਂ ਉਹਨੇ ਦੇਣੇ ਹੁੰਦੇ। ਦੂਸਰੀ ਗੱਲ ਸੁਣੋ ਜੇ ਸਾਡੀ ਸੈਂਟਰ ਚ ਸਰਕਾਰ ਹੁੰਦੀ ਅਸੀਂ ਕਰਦੇ, ਸੈਂਟਰ ਚ ਅਸੀਂ ਮੰਗ ਕੀਤੀ ਆ ਵੀ ਕਿਸਾਨਾਂ ਦੇ ਆ ਕਾਨੂੰਨ ਵੀ ਰੱਦ ਕਰੋ। ਪਹਿਲੀ ਗੱਲ ਤਾਂ ਤੁਹਾਡੀ ਜਿਹੜੀ ਜਥੇਬੰਦੀ ਆ ਸਵਾਗਤ ਕਰਦੇ ਆ, ਹਰ ਕੌਮ ਹਰ ਸਮਾਜ ਆਪਣੇ ਜਥੇਬੰਦੀ ਦੇ ਸਿਰ ਤੇ ਰੈਜੀਟੇਸ਼ਨ ਕਰਦਾ, ਤੁਹਾਡੇ ਰਾਈਟ ਦੀ 3 ਕਾਲੇ ਕਾਨੂੰਨ ਰੱਦ ਕਰਾਉਣ ਤੇ ਤੱਕ ਤੁਸੀਂ ਅੱਗੇ ਵੱਧ ਚੁੱਕੇ, ਤੁਹਾਡਾ ਸਵਾਗਤ ਆ, ਤੁਸੀਂ ਸਵਾਲ ਕਰੋ ਪਰ ਅਸੀਂ ਇਲੈਕਸ਼ਨ ਚ ਵੀ ਆਉਣਾ, ਲੋਕਾਂ ਚ ਵੀ ਆਉਣਾ, ਸਾਡੇ ਲੋਕ ਵੀ ਨੇ, ਸਾਡੇ ਸ਼ਡਿਊਲ ਕਾਸਟ ਪਰਿਵਾਰ ਵੀ ਨੇ, ਤੁਹਾਡੇ ਨਾਲ ਸਹਿਮਤੀ ਨੇ, ਉਹਦੇ ਸਾਡੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਦੁੱਖ ਹੁੰਦਾ ਵੀ ਸਾਡੇ MLA ਨਾਲ ਆਹ ਹੋ ਰਹੀ ਆ, ਉੱਥੇ ਸਾਡੇ 35% ਲੋਕ ਨੇ ਬੈਠੇ, ਉਹਨਾਂ ਦੇ ਮਨ ਚ ਵੀ ਸਵਾਲ ਆ। ਮੇਰੇ ਪਿੰਡ ਹਲਕੇ ਚ ਲਾਭ ਸਿੰਘ ਦੀ ਡੈਥ ਹੋਈ ਆ, ਉਹਦੇ ਮੈਂ 1 ਲੱਖ ਰੁਪਏ ਆਪਦੀ ਤਨਖਾਹ ਦਾ ਚੈੱਕ ਕੱਟ ਕੇ ਦੇ ਕੇ ਆਇਆ, ਤੁਹਾਡੇ ਜਥੇਬੰਦੀਆਂ ਨੂੰ ਮੈਂ ਕਿਹਾ ਤੁਹਾਡੇ ਜਥੇਬੰਦੀਆਂ ਨੇ ਕੀ ਦਿੱਤਾ? ਕੱਖ ਨੀ ਦਿੱਤਾ ਅਜੇ ਤੱਕ ਉੱਤੇ, ਜਦਕਿ ਜ਼ਿਮੀਦਾਰਾਂ ਦਾ ਜਿਹੜਾ ਬੰਦਾ ਸ਼ਹੀਦ ਹੁੰਦਾ ਉਹਨਾਂ ਨੂੰ ਵਿਦੇਸ਼ਾਂ ਚੋਂ ਵੀ ਪੈਸੇ ਆਉਂਦੇ ਨੇ, ਸਾਰਾ ਕੁਝ ਆਉਂਦਾ ਗਰੀਬ ਪਰਿਵਾਰ ਵਿੱਚੋਂ। ਜਥੇਬੰਦੀਆਂ ਨੇ ਪਹਿਲੇ ਦਿਨ ਅਨਾਊਂਸ ਕੀਤਾ ਸੀ ਜਿੱਦਣ ਧਰਨਾ ਖਤਮ ਹੁੰਦਾ ਆ ਉੱਥੇ ਜਿਹੜਾ ਸਟੇਜ ਦੇ ਉੱਪਰ ਪੈਸਾ ਇਕੱਠਾ ਹੁੰਦਾ, ਮੇਰੀ ਗੱਲ ਸੁਣ ਲਓ ਮੈਂ ਤੁਹਾਡੀ ਚੁੱਪ ਕਰਕੇ ਗੱਲ ਸੁਣੀ ਹੈ, ਉੱਥੇ ਜਿਹੜਾ ਸਟੇਜ ਦੇ ਉੱਪਰ ਪੈਸਾ ਇਕੱਠਾ ਹੁੰਦਾ ਉਹ ਜਿੰਨੇ ਵੀ ਸ਼ਹੀਦ ਪਰਿਵਾਰ, ਜਿੰਨੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਵੰਡਿਆ ਜਾਊਗਾ, ਜਿੰਨਾ ਵੀ ਉੱਥੇ ਇਕੱਠਾ ਹੁੰਦਾ ਜੋ ਵੀ ਉੱਥੇ ਹੋ ਰਿਹਾ ਆ, ਤੁਸੀਂ ਪੂਰੀ ਮੇਰੀ ਗੱਲ ਸੁਣ ਲਓ, ਠੀਕ ਹੈ ਨਾ, ਉਹ ਜਿੰਨਾ ਵੀ ਹੈ ਉੱਥੇ, ਚਾਹੇ ਇੱਕ ਕਿਸਾਨ ਦੇ ਹੱਕ ਦੇ ਵਿੱਚ 10 ਲੱਖ ਆ ਜੇ, 20 ਲੱਖ ਆ ਜੇ, 1 ਕਰੋੜ ਵੀ ਆ ਸਕਦਾ, ਔਰ ਰਿਕਾਰਡ ਮੁਤਾਬਕ ਪਿਆ ਜਦੋਂ ਮਰਜ਼ੀ ਜਾ ਕੇ ਸਿੰਘੂ ਬਾਰਡਰ ਤੋਂ ਤੁਸੀਂ ਲੈ ਸਕਦੇ ਹੋ, ਠੀਕ ਹੈ ਜੀ। ਨਹੀਂ ਤੁਸੀਂ ਗੱਲ ਕੀਤੀ ਸਵਾਲ ਦੀ, ਤੁਸੀਂ ਜਵਾਬ ਕੀਤਾ ਨਾ ਲੱਖ ਰੁਪਇਆ ਦਿੱਤਾ ਤੁਸੀਂ ਹਲਕੇ ਦਾ ਵਿਧਾਇਕ, ਤੁਹਾਡਾ ਫਰਜ਼ ਬਣਦਾ ਲੱਖ ਵੀ ਬਹੁਤ ਥੋੜਾ ਆ, ਲੱਖ ਵੀ ਥੋੜਾ ਆ, ਇੱਕ ਕਿਸਾਨ ਦਾ ਮੁੱਲ ਤੁਸੀਂ 1 ਲੱਖ ਰੁਪਇਆ ਪਾਇਆ, ਸਾਰੇ ਵੀਰਾਂ ਨੂੰ ਬੈਠਦੀ ਨਾ ਇਸ ਤਰ੍ਹਾਂ ਨਾ ਕਰੋ, ਸਵਾਲ ਕਰ ਰਿਹਾ ਤੁਹਾਡੇ ਸਾਹਮਣੇ, ਇੱਕ ਸਵਾਲ ਦਾ ਵੀ ਜਵਾਬ ਨਹੀਂ ਆਇਆ, ਉਹ ਵੀ ਖੜੇ ਨੇ ਆਪਣੇ, ਠੀਕ ਹੈ। ਮੈਂ ਪੰਜਾਬ ਦੇ ਹਾਲਾਤਾਂ ਦੀ ਇੱਕ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ ਵੀ ਜਿਹੜੀ ਆਪਣੀ ਪਰੇ ਵਾਲੀ ਬੈਲਟ ਆ ਉਹ ਸਾਰੀ ਕੈਂਸਰ ਦੀ ਸ਼ਿਕਾਰ ਆ, ਕਿਉਂ ਸ਼ਿਕਾਰ ਆ? ਬੁੱਢੇ ਨਾਲੇ ਕਰਕੇ, ਹੁਣ ਜੇ ਸਮਰਾਲੇ ਦਾ ਸਾਰਾ ਪਾਣੀ ਇੱਥੇ ਪਊਗਾ ਉਹ ਸਾਰਾ ਪਾਣੀ ਰੇਜ ਹੋ ਕੇ ਧਰਤੀ ਦੇ ਵਿੱਚ ਜਾਣਾ, ਤੇ ਆਲੇ ਦੁਆਲੇ ਦਾ ਜਿਹੜਾ ਪੀਣ ਵਾਲਾ ਪਾਣੀ ਆ ਉਹਦਾ ਸਾਰੇ ਦਾ ਲੈਵਲ ਖਰਾਬ ਹੋਣਾ,
कृपा करके साडी इह बेनती आ सारिआं दी हथ जोड़ के थोड़े होके वी समराले दा जिहड़ा गंदा पाणी आ उहदे विच ना पाया जावे ट्रीटमेंट प्लांट ला के बेशक किसे तरह किसे उहनूं असीं लिखी तुहाडे चोण मैनीफेस्टो तहत सवाल पुछे ने तुहानूं दोनां नूं इक वी सवाल जवाब नहीं आया होर विधायक लखा जी ने उल्टा 32 ਜਥੇਬੰਦੀਆਂ 40 ਜਥੇਬੰਦੀਆਂ ਸੋਰੀ ਚਾਹੇ ਨਹੀਂ ਨਹੀਂ 32 ਸੰਯੁਕਤ ਮੋਰਚੇ ਦੀਆਂ 40 ਜਿਹੜੀਆਂ ਦੂਜੀਆਂ ਨੇ ਉਹਨਾਂ ਦੇ ਉੱਪਰ ਲੱਖ ਰੁਪਇਆ ਦੇ ਕੇ ਇਲਜ਼ਾਮ ਲਾਇਆ ਵੀ ਤੁਸੀਂ ਆਪਣਾ ਕਿਸਾਨਾਂ ਵਾਸਤੇ ਕੁਝ ਨਹੀਂ ਕੀਤਾ ਇਹ ਵਿਧਾਇਕ ਲੱਖਾ ਜੀ ਦਾ ਬਿਆਨ ਰਿਕਾਰਡ ਮੀਡੀਆ ਦੇ ਵਿੱਚ ਹੈ ਠੀਕ ਹੈ ਜੀ ਔਰ ਅਸੀਂ 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 ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਜਿਹੜੇ ਅਸੀਂ ਤੁਹਾਨੂੰ ਸਵਾਲ ਪੁੱਛਣ ਤੁਹਾਨੂੰ ਜਵਾਬ ਦਾਂਗੇ ਆਪਣੇ ਕਿਹੜੇ ਮੰਤਰੀ ਨਾਲ ਰਿਹਾ ਕਰਕੇ ਤੁਸੀਂ ਪ੍ਰੈਸ ਨੋਟ ਦੇ ਵਿੱਚ ਸਾਨੂੰ ਦੱਸ ਦਿਓ ਵੀ ਆਹ ਸਵਾਲ ਜਵਾਬ ਚਲੋ ਜੀ ਖੈਰ ਧੰਨਵਾਦ ਜੀ ਅਸੀਂ ਤੁਹਾਡਾ ਟਾਈਮ ਜਾਇਆ ਜੀ ਕਰਨਾ ਚਾਹੁੰਦੇ ਤੇ